ਕੋ ਅਸੀਂ ਲਗਾਤਾਰ ਕੱਲ ਵੀ ਇਸ ਗੱਲ ਦੀ ਮੰਗ ਰੱਖੀ ਸੀ ਕਿ ਹੜ੍ਹਾਂ ਦੇ ਉੱਤੇ ਕੰਮ ਰੋਕ ਕੇ ਬੈਸ ਕਰਾਈ ਜਾਵੇ ਸਪੀਕਰ ਸਾਹਿਬ ਤੋਂ ਕੰਮ ਰੋਕੂ ਮਤਾ ਲੈ ਕੇ ਆਏ ਸੀ ਪਰ ਉਹਨਾਂ ਨੇ ਮੰਨੇ ਨਹੀਂ ਇਸ ਗੱਲ ਨੂੰ ਔਰ ਉਹਨਾਂ ਨੇ ਉਹਨੂੰ ਰਿਜੈਕਟ ਕਰ ਦਿੱਤਾ ਸਾਨੂੰ ਲੋੜ ਹੈ ਕਿ ਪੰਜਾਬ ਐਸੇ ਵੇਲੇ ਬਹੁਤ ਤਰਾਸਦੀ ਚ ਗੁਜ਼ਰ ਰਿਹਾ ਹੈ ਪੰਜਾਬ ਚ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਪਾਣੀ ਉਹ ਮਾਲਵੇ ਦੇ ਵਿੱਚ 8-8 10-10 ਫੁੱਟ ਖੜਾ ਹੈ ਮਕਾਨ ਡਿੱਗੇ ਨੇ ਫਸਲਾਂ ਤਬਾਹ ਹੋ ਗਈਆਂ ਨੇ ਪਸ਼ੂ ਤਬਾਹ ਹੋ ਗਏ ਜਿਹੜਾ ਪਸ਼ੂ ਤੁਹਾਨੂੰ ਦਾ ਕਿਸਾਨ ਦਾ ਮਜ਼ਦੂਰ ਦਾ ਔਰ 10-10 ਫੁੱਟ ਪਾਣੀ ਦੇ ਵਿੱਚ ਜਾਨੀ ਦੇ ਮਾਲੀ ਨੁਕਸਾਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੋਇਆ ਹੈ ਸਾਡੇ ਭਾਖੜਾ ਡੈਮ ਤੋਂ ਪੌਂਗ ਡੈਮ ਤੋਂ ਰਣਜੀਤ ਸਾਗਰ ਡੈਮ ਤੋਂ ਉੱਜ ਤੋਂ ਘਗਰ ਦਰਿਆ ਨੇ ਬਹੁਤ ਵੱਡੀ ਮਾਰ ਜਿਹੜੀ ਹੈ ਉਹ ਪੰਜਾਬ 'ਚ ਮਾਰੀ ਹੈ ਔਰ ਲਗਾਤਾਰ ਪਾਣੀ ਵੱਧਦਾ ਜਾ ਰਿਹਾ ਘਟਦਾ ਨਾ ਨਹੀਂ ਲੈਂਦਾ ਸੋ ਸਰਕਾਰ ਨੂੰ ਚਾਹੀਦਾ ਸੀ ਕਿ ਇਹਦੇ ਤੇ ਗੌਰ ਕਰੇ ਹੁਣ ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡਿਆ ਹੈ ਔਰ ਉਜ ਤੋਂ ਪਾਣੀ ਜਿਹੜਾ ਗਿਆ 2.5 ਲੱਖ ਕਿਊਸਿਕ ਉਹ ਡੇਰਾ ਬਾਬਾ ਨਾਨਕ ਸਾਡੇ ਗੁਰਦਾਸਪੁਰ ਤੋਂ ਅੱਗੇ ਨੰਗਦਾ ਆਇਆ ਰਮਦਾਸ ਅਜਨਾਲੇ ਦੇ ਨਾਲ ਲੱਗਦਾ ਰਾਵੀ ਦਰਿਆ ਜਿਹੜਾ ਹੈ ਉਹ ਸਾਰਾ ਹੀ ਪਾਣੀ ਦੇ ਨਾਲ ਭਰ ਗਿਆ ਔਰ ਫਸਲਾਂ ਜਿਹੜੀਆਂ ਨੇ ਉੱਥੇ ਵੀ ਪਾਣੀ ਦੇ ਮਾਰੇ ਠਾਗੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਗੱਲ ਸੁਣੇ ਔਰ ਪਾਣੀ ਲੱਥਣ ਤੋਂ ਬਾਅਦ ਵੀ ਖਾਸ ਕਰ ਬਹੁਤ ਵੱਡਾ ਇੱਕ ਮਹਾਮਾਰੀ ਫੈਲਣ ਦਾ ਮੈਂ ਸਮਝਦਾ ਕਿ ਖਤਰਾ ਵੀ ਹੈ ਕਿਉਂ ਕਿ ਜਿਹੜੇ ਪਸ਼ੂ ਮਰੇ ਨੇ ਜਿਹੜੀਆਂ ਮੁਸ਼ਕਲਾਂ ਆ ਉਹਨਾਂ ਨੂੰ ਕਿਵੇਂ ਸਾਹਮਣਾ ਹੈ ਉਕੇ ਪੰਜਾਬ ਸਰਕਾਰ ਕੋ ਵਸੀਲੇ ਬਹੁਤ ਨਹੀਂ ਹੈਗੇ ਪੰਜਾਬ ਸਰਕਾਰ ਐਸ ਵੇਲੇ ਉਹ ਕੰਮ ਨਹੀਂ ਕਰ ਪਾਰੀ ਜਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਹੱਥ ਫੜਨਾ ਜਿਹਦਾ 20000 ਕਰੋੜ ਦੇ ਕਰੀਬ ਜਿਹੜਾ ਪੈਕੇਜ ਹੈ ਸਰਕਾਰ ਅਨਾਉਂਸ ਕਰੇ ਪੰਜਾਬ ਵਾਸਤੇ ਤਾਂ ਕਿੜੇ ਪੰਜਾਬ ਦੇ ਗਰੀਬ ਲੋਕ ਨੇ ਜਿਹੜੇ ਕੰਮਕਾਜ ਜਿੰਨਾਂ ਦੀ ਤਬਾਹ ਹੋ ਗਏ ਨੇ ਛੋਟੇ ਛੋਟੀਆਂ ਦੁਕਾਨਾਂ ਸੀ ਛੋਟੇ ਛੋਟੇ ਕਾਰੋਬਾਰ ਸੀ ਉਹ ਲੋਕਾਂ ਦੇ ਘਰ ਵੀ ਤਬਾਹ ਹੋ ਗਏ ਕਾਰੋਬਾਰ ਵੀ ਤਬਾਹ ਹੋ ਗਏ ਔਰ ਪਾਣੀ ਲਗਾਤਾਰ ਹੀ ਉਹਨਾਂ ਦੇ ਘਰਾਂ ਚ ਕੰਮਕਾਜ ਦੇ ਉੱਤੇ ਖੜਾ ਹੈ ਅਰੇਡੀ ਫਸਲ ਹੈ ਇੱਕ ਮੇਰਾ ਘੜੇ 6-6 ਮਹੀਨੇ ਸਾਡੇ ਕੋਲ ਰੇਤਾ ਜਿਹੜੀ ਜੰਮ ਗਈ ਉਹਨੂੰ ਨਹੀਂ ਠੀਕ ਕਰ ਪਾ ਰਹੇ ਹਾਂ ਨਾ ਇਨਫਰਾਸਟ੍ਰਕਚਰ ਸਾਰਾ ਰੋਡ ਟੁੱਟ ਗਿਆ ਨੇ ਬਿਜਲੀ ਦੇ ਖੰਭੇ ਸਾਰੇ ਡਿੱਗੇ ਨੇ ਬਿਜਲੀ ਦੇ ਟਰਾਂਸਫਾਰਮਰ ਸੜ ਗਏ ਨੇ